ਕਿਸਾਨਾਂ ਦੇ ਹੱਕ ਦੇ ਵਿੱਚ ਫਗਵਾੜਾ ਦੀਆਂ ਵੱਖ-ਵੱਖ ਟ੍ਰੇਡ ਆਰਗੇਨਾਈਜੇਸ਼ਨਾਂ ਨੇ ਅੱਜ ਦੇ ਬੰਦ ਦਾ ਸੱਦਾ ਦਿੱਤਾ ਸੀ। ਪਰ ਅੱਜ ਜੇ ਦੇਖਿਆ ਜਾਵੇ ਤਾਂ ਜੇ ਫਗਵਾੜਾ ਦੇ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ ਦੇ ਬਾਜ਼ਾਰ ਵਿੱਚ ਇੱਕ ਅਜਿਹੀ ਸੰਸਥਾ ਵੀ ਹੈ ਜਿਸਨੇ ਨਾ ਸਿਰਫ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ ਬਲਕਿ ਸਵੇਰ ਤੋਂ ਹੀ ਉਹ ਧਰਨੇ ਤੇ ਬੈਠੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਮਗੜੀਆ ਗੁਰਦੁਆਰਾ ਮਾਰਕੀਟ ਐਸੋਸੀਏਸ਼ਨ ਦੀ। ਇਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਪ੍ਰੀਤ ਸੋਨੂ ਦੀ ਅਗਵਾਈ ਵਿੱਚ ਗਊਸ਼ਾਲਾ ਰੋਡ ਤੇ ਇੱਕ ਤਕੜਾ ਧਰਨਾ ਲਾਇਆ ਗਿਆ। ਧਰਨੇ ਦੀ ਖਾਸ ਗੱਲ ਇਹ ਰਹੀ ਕਿ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਪ੍ਰਸਤਾਵਿਤ ਖੇਤੀ ਆਰਡੀਨੈਂਸ ਬਿੱਲ ਦਾ ਵਿਰੋਧ ਕੀਤਾ ਉੱਥੇ ਨਾਲ ਹੀ ਮੈਂਬਰਾਂ ਨੇ ਕਿਹਾ, ਕਿਉਂਕਿ ਉਹਨਾਂ ਦੀ ਦੁਕਾਨਦਾਰੀ ਨਾਲ ਸੰਬੰਧਿਤ ਬਹੁਤ ਸਾਰੇ ਗਾਹਕ ਕਿਸਾਨ ਨੇ, ਇਸ ਲਈ ਇਹ ਬੇਹੱਦ ਮਾਰੂ ਹੈ ਤੇ ਆਉਣ ਵਾਲੇ ਸਮੇਂ ਵਿੱਚ ਬਾਜ਼ਾਰ ਦੀ ਆਰਥਿਕਤਾ ਤੇ ਵੀ ਇਸ ਦਾ ਮਾਰੂ ਅਸਰ ਪੈ ਸਕਦਾ ਹੈ। ਧਰਨੇ ਦੀ ਖਾਸ ਗੱਲ ਇਹ ਰਹੀ, ਇਸ ਵਿੱਚ ਵੱਖ-ਵੱਖ ਟ੍ਰੇਡ ਸੰਬੰਧਿਤ ਲੋਕ ਅਤੇ ਵੱਖ-ਵੱਖ ਐਸੋਸੀਏਸ਼ਨਾਂ ਸੰਬੰਧਿਤ ਨੁਮਾਇੰਦੇ ਵੀ ਇਸ ਧਰਨੇ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਬਕਾ ਮੰਤਰੀ ਜੁਗਿੰਦਰ ਸਿੰਘ ਮਾਨ ਵੀ ਧਰਨਾ ਸਥਾਨ ਵਿੱਚ ਆਏ ਅਤੇ ਉਹਨਾਂ ਨੇ ਧਰਨਾਕਾਰੀਆਂ ਦਾ ਹੌਸਲਾ ਵਧਾਇਆ। ਦੀ ਫਗਵਾੜਾ ਹੈਡਲਾਈਨ ਨਾਲ ਐਕਸਕਲੂਸਿਵ ਗੱਲਬਾਤ ਕਰਦਿਆਂ ਪ੍ਰਧਾਨ ਹਰਪ੍ਰੀਤ ਸੋਨੂ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਇਸ ਬਿੱਲ ਦੇ ਖਿਲਾਫ ਹੁਣ ਆਵਾਜ਼ ਬੁਲੰਦ ਕੀਤੀ ਜਾਵੇ। ਪੇਸ਼ ਹੈ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਇਹ ਵਿਸ਼ੇਸ਼ ਰਿਪੋਰਟ। ਮੇਰੀ ਅਪੀਲ ਹੈ ਇਸ ਦੇਸ਼ ਦੀ ਕਿਸਾਨੀ ਲਈ, ਇਸ ਦੇਸ਼ ਦੀ ਜਵਾਨੀ ਦੇ ਲਈ ਇੱਕ ਪੱਟ ਹੋ ਕੇ ਅਸੀਂ ਬੈਠੀਏ ਤਾਂ ਜੋ ਸਾਡੇ ਲਈ ਇਹ ਜੋ ਇਹਨਾਂ ਨੇ ਨੀਤੀਆਂ ਗਲਤ ਬਣਾਈਆਂ ਨੇ ਇਹ ਉਹਨਾਂ ਨੂੰ ਵਾਪਸ ਕਰਨ ਦੇ ਲਈ ਕੋਈ ਆਪਣਾ ਕਦਮ ਚੱਕਣ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਸਿੰਘ ਸੋਨੂੰ ਸਮੂਹ ਮਾਰਕੀਟ ਐਸੋਸੀਏਸ਼ਨ ਰਾਮਗੜੀਆ ਗੁਰਦੁਆਰਾ ਰੋਡ ਫਗਵਾੜਾ ਵੱਲੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਇਹ ਰੋਸ ਧਰਨਾ, ਰੋਸ ਦਾ ਅਫਸੋਸ ਅਸੀਂ ਕਰ ਰਹੇ ਹਾਂ ਕੇਂਦਰ ਸਰਕਾਰ ਦੀਆਂ ਉਹਨਾਂ ਮਾੜੀਆਂ ਨੀਤੀਆਂ ਦੇ ਖਿਲਾਫ ਜਿਹੜੀਆਂ ਕਿ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਰੁਲਣੇ ਦੇ ਲਈ ਮਜਬੂਰ ਕਰ ਰਹੀਆਂ। ਔਰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ, ਜੇ ਸਾਡਾ ਕਿਸਾਨ ਰੁਲੂਗਾ ਤਾਂ ਸਾਰਾ ਸਾਡਾ ਦੇਸ਼ ਦਾ ਇਕੱਲਾ ਇਨਸਾਨ ਰੁਲੂਗਾ। ਜੇ ਖੇਤਾਂ 'ਚ ਆਊਗੀ ਖੁਸ਼ਹਾਲੀ ਤਾਂ ਹੀ ਦੁਨੀਆ ਦੇ ਇਹ ਜੀਵੇਗੀ। ਔਰ ਮੈਂ ਇੱਕ ਗੱਲ ਇਹ ਕਹਿਣ ਜਾ ਰਿਹਾ, ਅੱਜ ਤਾਂ 25 ਸਤੰਬਰ ਨੂੰ ਜਿੱਥੇ ਪੰਜਾਬ ਭਰ ਦੇ ਇਹ ਧਰਨੇ ਲੱਗ ਰਹੇ ਨੇ, ਅੱਜ ਤਾਂ ਰੋਸ ਧਰਨਾ, ਕੱਲ੍ਹ ਨੂੰ ਭੁੱਖ ਹੜਤਾਲ 'ਤੇ ਵੀ ਬੈਠਣਾ ਪਿਆ, ਕੱਲ੍ਹ ਨੂੰ ਮਰਨਾ ਵੀ ਪਿਆ, ਤਾਂ ਰਾਮਗੜੀਆ ਮਾਰਕੀਟ ਐਸੋਸੀਏਸ਼ਨ ਕਦੀ ਵੀ ਪਿੱਛੇ ਨਹੀਂ ਹਟੇਗੀ। ਔਰ ਮੈਂ ਸਮੂਹ ਉਹਨਾਂ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਹੜੀਆਂ ਦਰਜਾ ਬਦਰਜਾ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਇੱਥੇ ਮਾਰਕੀਟ ਵਿੱਚ ਆਈਆਂ ਨੇ। ਔਰ ਅਸੀਂ ਸਮੁੱਚੇ ਉਹਨਾਂ ਧਰਨਿਆਂ ਦਾ ਵੀ ਅਸੀਂ ਸਮਰਥਨ ਕਰਦੇ ਹਾਂ ਜਿਹੜੇ ਅੱਜ ਪੰਜਾਬ ਭਰ ਦੇ ਵਿੱਚ ਲੱਗੇ ਨੇ। ਅਸੀਂ ਸਿਰਫ ਮਾਰਕੀਟ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਇਸ ਕਰਕੇ ਧਰਨਾ ਲਾਇਆ ਕਿ ਸਾਡੀ ਮਾਰਕੀਟ ਦਾ 80% ਜਿਹੜਾ ਕੰਮ ਆ ਉਹ ਕਿਸਾਨੀ ਦੇ ਉੱਤੇ ਆ। ਅਸੀਂ ਇਸ ਕਰਕੇ ਲਾਇਆ ਵੀ ਜਿਹਨਾਂ ਰਾਹ ਦੇ ਉੱਤੋਂ ਇਹ ਕਿਸਾਨ ਆ ਕੇ ਸਾਡੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਕੇ ਸਾਡੇ ਬੱਚਿਆਂ ਦਾ ਪੇਟ ਭਰਨ ਦੇ ਲਈ ਸਾਨੂੰ ਉਸ ਯੋਗ ਬਣਾਉਂਦੇ ਨੇ, ਅੱਜ ਅਸੀਂ ਉਸ ਰਾਹ ਦੇ ਉੱਤੇ ਉਸ ਗੁਰੂ ਘਰਾਂ ਦੇ ਮੂਹਰੇ ਬੈਠ ਕੇ ਉਹਨਾਂ ਕਿਸਾਨਾਂ ਦੇ ਲਈ ਗੁਰੂ ਮਹਾਰਾਜ ਦੇ ਮੂਹਰੇ ਅਰਦਾਸ ਕਰੀਏ, ਇੱਕ ਦੂਜੇ ਦਾ ਢਿੱਡ ਫੋਲੀਏ ਤਾਂ ਜੋ ਸਾਡੀਆਂ ਕੀਤੀਆਂ ਹੋਈ ਗੱਲਾਂ ਇਹਨਾਂ ਕੇਂਦਰ ਸਰਕਾਰ ਤੱਕ ਪਹੁੰਚਣ, ਇਹਨਾਂ ਦੇ ਕੰਨਾਂ ਦੇ ਉੱਤੇ ਜੂੰ ਸਰ ਕੇ ਜਿਹੜੇ ਕਿ ਗੋਲ ਬਿਲਡਿੰਗਾਂ ਦੇ ਵਿੱਚ ਬੈਠ ਕੇ ਇਹਨਾਂ ਲੋਕਾਂ ਨੂੰ ਸੜਕਾਂ 'ਤੇ ਰੁਲਣ ਦੇ ਲਈ ਮਜਬੂਰ ਕਰ ਰਹੇ ਨੇ।